ਹਾਂਜੀ, ਸਭ ਤੋਂ ਪਹਿਲਾਂ ਤਾਂ ਹੱਥ ਜੋੜ ਕੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਅੱਜ ਦੀ ਵੀਡੀਓ ਜਿਹੜੀ ਹੈਗੀ ਹੈ ਜੀ, ਆਪਾਂ ਇੱਕ ਨਿਊ ਟੌਪਿਕ ਤੇ ਬਣਾਉਣ ਜਾ ਰਹੇ ਹਾਂ। ਇਹ ਇੱਕ ਇਨਫੋਰਮੇਟਿਵ ਵੀਡੀਓ ਹੈ ਤੇ ਆਈ ਹੋਪ ਵੀ ਤੁਹਾਨੂੰ ਸਾਰਿਆਂ ਨੂੰ ਪਸੰਦ ਆਏਗੀ ਤੇ ਤੁਹਾਡੇ ਲਈ ਇਨਫੋਰਮੇਟਿਵ ਵੀ ਹੋਏਗੀ। ਅੱਜ ਦੀ ਵੀਡੀਓ ਹੈਗੀ ਜੀ, US ਵੀਜ਼ਾ ਕਿੱਦਾਂ ਅਪਲਾਈ ਕਰਨਾ ਹੈ ਕੈਨੇਡਾ ਤੋਂ। ਸਟੈਪ ਬਾਏ ਸਟੈਪ ਤੁਹਾਨੂੰ ਹਰ ਇੱਕ ਚੀਜ਼ ਦੱਸਾਂਗੇ, ਕਿਵੇਂ ਪ੍ਰੋਸੈਸਿੰਗ ਹੁੰਦੀ ਹੈ ਨਾ, ਕਿਵੇਂ ਆਪਾਂ ਅਪਲਾਈ ਕਰ ਸਕਦੇ ਹਾਂ ਅਤੇ ਕਿਹੜੀ ਵੈਬਸਾਈਟ ਹੈ ਜਿੱਥੋਂ ਆਪਾਂ ਅਪਲਾਈ ਕਰਨਾ, ਹਰ ਇੱਕ ਚੀਜ਼ ਤੁਹਾਨੂੰ ਦੱਸਾਂਗੇ। ਅਤੇ ਅੱਜ ਬਾਹਰ ਦਾ ਮਾਹੌਲ ਥੋੜ੍ਹਾ ਜਿਹਾ ਠੰਡਾ, ਬਰਫ਼ ਪਈ ਹੋਈ ਹੈ। ਆਹ ਦੇਖੋ ਬਰਫ਼ ਥੋੜ੍ਹੀ ਅੱਜ ਜ਼ਿਆਦਾ ਪਈ ਹੋਈ ਹੈ, ਠੰਡ ਵੀ ਬਹੁਤ ਹੈ ਇਸ ਟਾਈਮ। ਆਹ ਦੇਖ ਲਓ ਜੀ ਬਾਹਰ ਦਾ ਮਾਹੌਲ, ਚਿੱਟੀ ਚਾਦਰ ਪੂਰੀ ਵਿਛੀ ਪਈ ਆ। ਮੋਰਨਿੰਗ ਦਾ ਟਾਈਮ ਹੈ। ਹਾਂਜੀ, ਵੈਲਕਮ ਬੈਕ ਜੀ। ਅਤੇ ਆਪਾਂ ਹੁਣ ਸਟਾਰਟ ਕਰਨ ਜਾ ਰਹੇ ਹਾਂ ਪ੍ਰੋਸੈਸ ਸਟਾਰਟਿੰਗ ਤੋਂ, ਅਤੇ ਤੁਹਾਨੂੰ ਦੱਸਾਂਗੇ ਕਿੱਦਾਂ ਅਪਲਾਈ ਕਰਦੇ ਆਪਾਂ US ਵੀਜ਼ਾ ਲਈ ਅਤੇ ਕਿੰਨਾ ਟਾਈਮ ਲੱਗੇਗਾ, ਹਰ ਇੱਕ ਚੀਜ਼ ਆਪਾਂ ਤੁਹਾਨੂੰ ਦੱਸਾਂਗੇ। ਅਤੇ ਆਓ ਲੈਟ ਸਟਾਰਟ। ਅਤੇ ਮੈਂ ਅੱਜ ਆਪਣੇ ਇੱਕ ਫਰੈਂਡ ਹੈਗਾ ਉਹਦਾ ਅਪਲਾਈ ਕਰ ਰਹੇ ਹਾਂ ਵੀਜ਼ਾ US ਦੇ ਲਈ, ਅਤੇ ਦੇਖਦੇ ਜੀ ਕਰਦੇ ਹਾਂ ਸਟਾਰਟ। ਸਭ ਤੋਂ ਪਹਿਲਾਂ ਆਪਾਂ ਜੀ ਲਿੰਕ ਖੋਲ੍ਹਾਂਗੇ। ਆ ਵੈਬਸਾਈਟ ਹੈ cec.state.gov/jennivi। ਲਿੰਕ ਓਪਨ ਕਰਕੇ ਆਪਣਾ ਫੋਰਮ ਜਿਹੜਾ ਹੈਗਾ ਜੀ, ਔਨਲਾਈਨ ਨੋਨ ਇਮੀਗ੍ਰੈਂਟ ਵੀਜ਼ਾ ਐਪਲੀਕੇਸ਼ਨ DS-160, ਅਤੇ ਆਪਾਂ ਹੁਣ ਸਟਾਰਟ ਕਰਦੇ ਹਾਂ ਜੀ ਫੋਰਮ ਭਰਨਾ। ਸਭ ਤੋਂ ਪਹਿਲਾਂ ਤਾਂ ਆਪਾਂ ਪ੍ਰੋਵਿੰਸ ਸਿਲੈਕਟ ਕਰਨਾ ਡਰੋਪ ਡਾਊਨ ਦੇ ਵਿੱਚੋਂ, ਅਤੇ ਆਪਾਂ ਕੈਨੇਡਾ ਟੋਰੋਂਟੋ ਸਿਲੈਕਟ ਕਰਾਂਗੇ। ਫਿਰ ਨੀਚੇ ਕੈਪਚਾ ਦਿੱਤਾ ਹੋਇਆ ਇੱਕ, ਉਹ ਭਰਾਂਗੇ ਆਪਾਂ। ਉਸ ਤੋਂ ਬਾਅਦ ਸਟਾਰਟ ਐਨ ਐਪਲੀਕੇਸ਼ਨ, ਨੈਕਸਟ ਸਟੈਪ। ਇਹ ਆਪਣੀ ਐਪਲੀਕੇਸ਼ਨ ਆਈਡੀ ਆ ਗਈ ਜੀ, ਅਤੇ ਇਹੀ ਆਪਣਾ ਸਾਰਾ ਕੁਛ ਆ। ਅਤੇ ਹੁਣ ਆਪਾਂ ਨੈਕਸਟ ਕਰਦੇ ਹਾਂ, ਕੁਛ ਵੀ ਕੋਈ ਵੀ ਤੁਸੀਂ ਸਿਲੈਕਟ ਕਰ ਲਓ ਹੈ ਨਾ। ਮੈਂ ਮੋਹਾਲੀ ਸਿਲੈਕਟ ਕਰ ਲੈਂਦਾ, ਕੰਟੀਨਿਊ। ਹੁਣ ਪਰਸਨਲ ਇਨਫੋਰਮੇਸ਼ਨ 1 ਆਪਾਂ ਨੇ ਭਰਨੀ ਹੈ, ਅਤੇ ਉਹਦੇ ਵਿੱਚ ਆਪਾਂ ਲਿਖਦੇ ਹਾਂ। ਮੈਂ ਆਪਣੇ ਫਰੈਂਡ ਦਾ ਫੋਰਮ ਭਰ ਰਿਹਾ ਅਤੇ ਐਜ਼ ਐਨ ਐਗਜ਼ਾਮਪਲ, ਅਤੇ ਤੁਸੀਂ ਚੈੱਕ ਕਰ ਸਕਦੇ ਹੋ। ਸਰਨੇਮ ਦੇ ਵਿੱਚ ਤੁਹਾਡੀ, ਅਗਰ ਤੁਸੀਂ ਯੂਜ਼ ਕਰਦੇ ਹੋ ਆਪਣਾ ਸਰਨੇਮ ਤਾਂ ਤੁਸੀਂ ਕਰ ਸਕਦੇ ਹੋ, ਅਦਰਵਾਈਜ਼ ਜਿਵੇਂ ਸਿੰਘ ਵਾਲੇ ਬੰਦੇ ਹੁੰਦੇ, ਜਿਵੇਂ ਜਸ ਮੇਰਾ ਨਾਮ ਜਸਕਰਨ ਸਿੰਘ ਹੈ ਅਤੇ ਜਾਂ ਕਬੀਰ ਸਿੰਘ ਹੈ, ਤਾਂ ਆਪਾਂ ਇੱਥੇ ਆਪਣਾ ਫਸਟ ਨੇਮ ਅਤੇ ਇੱਥੇ ਆਪਾਂ ਲਾਸਟ ਨੇਮ ਭਰ ਸਕਦੇ ਹਾਂ। ਉਸ ਤੋਂ ਬਾਅਦ ਆਪਾਂ ਚੈੱਕ ਕਰਾਂਗੇ ਉਰੇ, ਆਪਾਂ ਨੂੰ ਨੇਟਿਵ ਐਲਫਾਬੈਟ ਨਹੀਂ ਚਾਹੀਦਾ। ਅਗਰ ਤੁਹਾਨੂੰ ਕੋਈ ਪਹਿਲਾਂ ਕਿਸੇ ਨਾਮ ਨਾਲ ਜਾਣਿਆ ਜਾਂਦਾ ਉਹਦਾ ਨਾਮ ਦੇ ਨਾਲ, ਤਾਂ ਤੁਸੀਂ ਯੈਸ ਕਰ ਸਕਦੇ ਹੋ, ਬਟ ਤੁਹਾਨੂੰ ਰੀਜ਼ਨ ਦੇਣਾ ਪਏਗਾ, ਅਤੇ ਇਸ ਕਰਕੇ ਆਪਾਂ ਨੋ ਕਰਾਂਗੇ। ਅਤੇ ਇੱਥੇ ਵੀ ਆਪਾਂ ਨੋ ਕਰਾਂਗੇ, ਬਿਕੋਜ਼ ਅੱਜ ਕੱਲ੍ਹ ਕੋਈ ਯੂਜ਼ ਨਹੀਂ ਕਰਦਾ ਟੈਲੀਕੋਲ। ਸਟੇਟਸ ਸਿੰਗਲ, DOB ਚੈੱਕ ਕਰਾਂਗੇ ਆਪਾਂ। ਡੇਟ ਆਫ ਬਰਥ ਭਰਾਂਗੇ ਆਪਾਂ ਉਰੇ, ਨੀਚੇ ਆਪਾਂ ਸਿਟੀ ਔਰ ਸਟੇਟ ਭਰਾਂਗੇ। ਕੰਟਰੀ ਸੈਟ ਕਰਾਂਗੇ ਉਰੇ, ਹਾਂ ਭਜਾਵਾਂਗੇ ਜੀ ਪਰਸਨਲ ਇਨਫੋਰਮੇਸ਼ਨ 2 'ਤੇ। ਉਸ ਤੋਂ ਬਾਅਦ ਫਿਰ ਆਪਾਂ ਕੰਟਰੀ, ਰੀਜਨ, ਨੈਸ਼ਨੈਲਿਟੀ ਜਿਹੜੀ ਆਪਣੀ ਉਹ ਸਿਲੈਕਟ ਕਰਨੀ ਹੈ।
किसी होर कंट्री अगर कोई नेशनलिटी है, अगर है तो यस, और नहीं है तो नो। ਤੇ ਹੁਣ ਦੋਨੋਂ ਅਪਲਾਈ ਕਲਿੱਕ ਕਰਾਂਗੇ। ਤੁਸੀਂ ਕਿਸੇ ਕੰਟਰੀ ਦੇ ਨਹੀਂ ਹੋ ਪਰਮਾਨੈਂਟ ਰੈਜ਼ੀਡੈਂਟ ਹੋਰ ਦੇ, ਤਾਂ ਆਪਾਂ ਨੋ 'ਤੇ ਟਿਕ ਲਾਵਾਂਗੇ, ਫਿਰ ਆਪਾਂ ਨੈਕਸਟ ਟ੍ਰੈਵਲ 'ਤੇ ਚੱਲਾਂਗੇ ਨੈਕਸਟ ਸਟੈਪ 'ਤੇ। ਪਰਪਸ ਦੇ ਵਿੱਚ ਆਪਾਂ ਪਾਵਾਂਗੇ ਟੈਂਪਰੇਰੀ ਬਿਜ਼ਨਸ ਪਲੇਜਰ ਵਿਜ਼ਟਰ ਵੀਜ਼ਾ B1 B2 ਜੋ ਆਪਾਂ ਭਰਨਾ ਬਿਜ਼ਨਸ ਐਂਡ ਟੂਰਿਜ਼ਮ। ਤੁਹਾਡੇ ਪਲੈਨਸ ਹੈਗੇ ਨੇ ਤਾਂ ਤੁਸੀਂ ਉਰੇ ਮੈਂਸ਼ਨ ਕਰ ਸਕਦੇ ਹੋ, ਅਗਰ ਨਹੀਂ ਤਾਂ ਨੋ। ਅਗਰ ਕੋਈ ਪਲੈਨ ਨਹੀਂ ਹੈ ਤਾਂ ਇੰਟੈਂਡਡ ਡੇ ਤੁਸੀਂ ਦੱਸ ਦਿਓ ਕਦੋਂ ਕਰਨੀ ਹੈ ਨਾ। ਮੈਂ ਇੱਥੇ ਕੋਈ ਵੀ ਟੈਂਪਰੇਰੀ ਡੇਟ ਪਾ ਦਿੰਦਾ। ਲੈਸ ਦੈਨ 24 ਆਵਰਸ, ਅਗਰ ਤੁਸੀਂ ਜ਼ਿਆਦਾ ਕਰਨੇ ਤਾਂ ਡੇਜ਼ ਵੀਕਸ ਮੰਥ ਵੀ ਹੈਗੇ ਨੇ, ਤੁਹਾਡੇ ਕੋਲ ਆਪਸ਼ਨਸ ਹੈਗੀਆਂ ਨੇ। ਮੈਂ ਲੈਸ ਦੈਨ 24 ਆਵਰਸ ਪਾ ਰਿਹਾ। ਕਈ ਵਾਰ ਲੋਕ ਉਰੇ ਸਪੈਸੀਫਿਕ ਟਰੈਵਲ ਪਲੈਨਸ ਉਰੇ ਯੈਸ ਕਰਕੇ ਅਤੇ ਫੇਕ ਹੋਟਲ ਦੀ ਹੈ ਨਾ ਇਨਫੋਰਮੇਸ਼ਨ ਭਰ ਦਿੰਦੇ, ਬਟ ਆਪਾਂ ਕੋਈ ਵੀ ਇਹਦੇ ਵਿੱਚ ਫੇਕ ਇਨਫੋਰਮੇਸ਼ਨ ਨਹੀਂ ਭਰਾਂਗੇ, ਬਿਕੋਜ਼ ਇਟਸ ਰਿਸਕੀ। ਅਤੇ ਆਪਾਂ ਕੋਈ ਫੇਕ ਇਨਫੋਰਮੇਸ਼ਨ ਨਹੀਂ ਭਰਨੀ, ਬਸ ਇੰਨਾ ਯਾਦ ਰੱਖਿਓ ਤੁਸੀਂ, ਕਿਉਂਕਿ ਕੱਲ੍ਹ ਨੂੰ ਕੋਈ ਦਿੱਕਤ ਆ ਗਈ ਤਾਂ ਫਿਰ ਆਪਣੇ ਉੱਪਰ ਹੀ ਹੈ ਨਾ ਐਕਸ਼ਨ ਲਿਆ ਜਾਊਗਾ। ਅਤੇ ਇਸ ਕਰਕੇ ਕੋਈ ਫੇਕ ਇਨਫੋਰਮੇਸ਼ਨ ਨਾ ਪਾਓ ਤੁਸੀਂ, ਅਤੇ ਤੁਸੀਂ ਲੈਸ ਦੈਨ 24 ਆਵਰਸ ਕਰਕੇ ਆਪਣਾ ਸੈਲਫ ਦੀ ਉਰੇ ਡਰੋਪ ਡਾਊਨ ਦੇ ਵਿੱਚ ਸਿਲੈਕਸ਼ਨ ਕਰਕੇ ਪੇਇੰਗ ਫੋਰ ਯੂਰ ਟ੍ਰਿਪ, ਲਾਈਕ ਆਪ ਹੀ ਆਪਣਾ ਟ੍ਰਿਪ ਸਪੋਂਸਰ ਕਰੋਗੇ, ਹੈ ਨਾ, ਸਾਰੇ ਪੈਸੇ ਤੁਸੀਂ ਆਪ ਹੀ ਲਾਓਗੇ। ਨੈਕਸਟ ਸਟੈਪ 'ਤੇ ਚੱਲਦੇ ਹਾਂ ਜੀ। ਉਸ ਤੋਂ ਬਾਅਦ ਟਰੈਵਲ ਕੰਪੈਨੀਅਨ ਇਨਫੋਰਮੇਸ਼ਨ, ਕੋਈ ਵੀ ਬੰਦਾ ਤੁਹਾਡੇ ਨਾਲ ਟਰੈਵਲ ਕਰ ਰਿਹਾ, ਨਹੀਂ ਤਾਂ ਨੋ, ਅਗਰ ਯੈਸ ਹੈ ਤਾਂ ਫਿਰ ਤੁਹਾਨੂੰ ਮੈਂਸ਼ਨ ਕਰਨਾ ਪਏਗਾ ਉਹਦੇ। ਪ੍ਰੀਵੀਅਸ ਯੂਐਸ ਟਰੈਵਲ ਇਨਫੋਰਮੇਸ਼ਨ ਹੈ ਆਪਣਾ ਨੈਕਸਟ ਸਟੈਪ ਜੀ। ਕਦੇ ਯੂਐਸ ਗਏ ਹੋ ਤੁਸੀਂ, ਨਹੀਂ ਕੋਈ ਇਸ਼ੂ ਤਾਂ ਨਹੀਂ ਰਿਹਾ ਵੀਜ਼ਾ ਦੇ ਵਿੱਚ, ਕੋਈ ਰਿਫਿਊਜ਼ ਤਾਂ ਨਹੀਂ ਹੋਇਆ, ਕੋਈ ਪਟੀਸ਼ਨ ਤਾਂ ਨਹੀਂ ਪਾਈ ਯੂਐਸ ਲਈ, ਪਹਿਲਾਂ ਨੋ ਕਰਾਂਗੇ ਆਪਾਂ। ਨੈਕਸਟ ਸਟੈਪ ਹੈ ਜੀ ਆਪਣਾ ਐਡਰੈਸ ਐਂਡ ਫੋਨ ਇਨਫੋਰਮੇਸ਼ਨ, ਅਤੇ ਆਪਾਂ ਇੱਥੇ ਆਪਾਂ ਜਿੱਥੇ ਆਪਾਂ ਕੈਨੇਡਾ ਦੇ ਵਿੱਚ ਕਰੰਟਲੀ ਰਹਿ ਰਹੇ ਹਾਂ ਆਪਾਂ ਉਹ ਭਰਾਂਗੇ ਐਡਰੈਸ। ਸਿਟੀ ਆਫ ਵਿੰਡਸਰ ਹੈ, ਅਟਾਰੀਓ ਆਪਣਾ ਪੋਸਟਲ ਕੋਡ ਹੈ ਜੀ, ਜਿਵੇਂ ਆਪਣੇ ਇੰਡੀਆ ਦੇ ਵਿੱਚ ਆਪਣਾ ਪਿੰਨ ਕੋਡ ਹੁੰਦਾ ਉੱਦਾਂ ਹੀ ਪੋਸਟਲ ਕੋਡ ਹੁੰਦਾ, ਅਤੇ ਰੀਜਨ ਆਪਣਾ ਹੈਗਾ ਜੀ ਕੈਨੇਡਾ। ਮੇਲਿੰਗ ਐਡਰੈਸ ਆਪਣਾ ਸੇਮ ਹੀ ਹੈ ਜੀ ਹੋਮ ਐਡਰੈਸ, ਅਤੇ ਇੱਥੇ ਆਪਾਂ ਆਪਣਾ ਫੋਨ ਨੰਬਰ ਪਾਵਾਂਗੇ, ਕੰਟਰੀ ਫੋਨ ਨੰਬਰ ਹੈਗਾ ਤੁਸੀਂ ਪਾ ਸਕਦੇ ਹੋ, ਅਦਰਵਾਈਜ਼ ਡੋ ਨੋਟ ਅਪਲਾਈ। ਅਤੇ ਵਰਕ ਫੋਨ ਨੰਬਰ ਵੀ ਡੋ ਨੋਟ ਅਪਲਾਈ, ਕਿਉਂਕਿ ਆਪਣਾ ਸੇਮ ਹੀ ਹੁੰਦਾ, ਇੱਕੋ ਹੀ ਨੰਬਰ ਚੱਲਦਾ ਹੁੰਦਾ। ਅਗਰ ਤੁਸੀਂ ਲਾਸਟ 5 ਸਾਲਾਂ ਤੋਂ ਕਰਦੇ ਹੋ ਕੋਈ ਯੂਜ਼ ਨੰਬਰ ਨਾ, ਤੁਸੀਂ ਮੈਂਸ਼ਨ ਕਰ ਸਕਦੇ ਹੋ ਉਹਦੇ।
ਤੁਸੀਂ ਆਪਣਾ ਇੰਡੀਆ ਵਾਲਾ ਨੰਬਰ ਯੂਜ਼ ਕਰ ਸਕਦੇ ਹੋ, ਬਟ ਆਪਾਂ 9 'ਤੇ ਟਿਕ ਲਾਵਾਂਗੇ। ਤੋ ਆਪਾਂ ਈਮੇਲ ਆਈ ਡੀ ਪਾਵਾਂਗੇ ਆਪਣੀ, ਈਮੇਲ ਆਈ ਡੀ ਪਾ ਕੇ ਉਸ ਤੋਂ ਬਾਅਦ ਆਪਾਂ ਕੋਈ, ਅਗਰ ਤੁਸੀਂ ਈਮੇਲ ਹੋਰ ਐਡਰੈਸ ਯੂਜ ਕਰਦੇ ਹੋ ਈਮੇਲ ਐਡਰੈਸ ਤਾਂ ਤੁਸੀਂ ਪਾ ਸਕਦੇ ਹੋ। ਸੋਸ਼ਲ ਮੀਡੀਆ ਪ੍ਰੈਜੈਂਸ ਅਗਰ ਤੁਸੀਂ ਦੇਣਾ ਚਾਹੁੰਦੇ ਹੋ ਤਾਂ ਦੇ ਸਕਦੇ ਹੋ, ਅਦਰਵਾਈਜ਼ ਇਟਸ ਨੋਟ ਨੈਸੈਸਰੀ। ਅਗਰ ਤੁਸੀਂ ਕੋਈ ਹੋਰ ਆਪਣੀ ਵੀਡੀਓਜ਼ ਔਰ ਫੋਟੋਜ਼ ਕੋਈ ਵੀ ਹੋਰ ਕਿਸੇ ਵੀ ਵੈਬਸਾਈਟ 'ਤੇ ਅਗਰ ਤੁਹਾਡੀ ਹੋਵੇ ਕੋਈ ਪਾਪੂਲਰ ਜਾਂ ਕੁਛ, ਹੈ ਨਾ, ਤੁਸੀਂ ਦੇਣਾ ਚਾਹੁੰਦੇ ਹੋ ਤਾਂ ਤੁਸੀਂ ਦੇ ਸਕਦੇ ਹੋ ਔਰ ਇਸ 9 'ਤੇ ਟਿਕ ਲਗਾ ਕੇ। ਅਤੇ ਨੈਕਸਟ ਸਟੈਪ ਚੱਲਦੇ ਹਾਂ ਆਪਾਂ ਪਾਸਪੋਰਟ 'ਤੇ। ਨਨ 'ਤੇ ਟਿਕ ਲਗਾ, ਨਾਮ ਦੇ ਟਿਕ ਲਗਾ ਕੇ ਫਿਰ ਆਪਾਂ ਚੱਲਦੇ ਹਾਂ ਨੈਕਸਟ ਸਟੈਪ 'ਤੇ। ਹੁਣ ਆ ਗਈ ਆਪਣਾ ਨੈਕਸਟ ਸਟੈਪ ਪਾਸਪੋਰਟ ਇਨਫੋਰਮੇਸ਼ਨ 'ਤੇ। ਆਪਣਾ ਪਾਸਪੋਰਟ ਤੁਹਾਡਾ ਕਿਹੜਾ ਤੁਸੀਂ ਉਹ ਪਾ ਸਕਦੇ ਹੋ, ਆਪਣਾ ਰੈਗੂਲਰ ਹੁੰਦਾ ਜੀ, ਅਤੇ ਪਾਸਪੋਰਟ ਨੰਬਰ ਆਪਾਂ ਪਾਵਾਂਗੇ ਉਰੇ, ਪਾਸਪੋਰਟ ਬੁੱਕ ਨੰਬਰ ਲੋੜ ਨਹੀਂ ਹੈਗੀ। ਉਸ ਤੋਂ ਬਾਅਦ ਫਿਰ ਆਪਣਾ ਕਿੱਥੋਂ ਇਸ਼ੂ ਹੋਇਆ ਜੀ ਪਾਸਪੋਰਟ ਆਪਣਾ ਇੰਡੀਆ ਤੋਂ, ਜਿੱਥੋਂ ਵੀ ਆਪਣਾ ਹੋਇਆ ਜੀ ਪਾਸਪੋਰਟ ਆਪਣਾ ਡਾਕੂਮੈਂਟ ਇਸ਼ੂ ਸਾਰੇ, ਆਪਾਂ ਲਿਖਾਂਗੇ ਚੰਡੀਗੜ੍ਹ, ਕਿਉਂਕਿ ਆਪਣਾ ਚੰਡੀਗੜ੍ਹ ਤੋਂ ਹੋਇਆ ਸੀ, ਪੰਜਾਬ ਹਰਿਆਣਾ ਦਾ ਚੰਡੀਗੜ੍ਹ ਤੋਂ ਹੋਣਾ। ਸਟੇਟ ਪ੍ਰੋਵਿੰਸ ਚੰਡੀਗੜ੍ਹ ਹੀ ਪਾਵਾਂਗੇ ਆਪਾਂ ਜੀ। ਕੰਟਰੀ ਆਪਾਂ ਇੰਡੀਆ ਪਾਵਾਂਗੇ। ਕਦੋਂ ਇਸ਼ੂ ਹੋਇਆ ਸੀ ਅਤੇ ਐਕਸਪਾਇਰੀ ਡੇਟ ਕਦੋਂ ਹੈ ਪਾਸਪੋਰਟ ਦੀ ਆਪਾਂ ਇੱਥੇ ਫਿਲ ਕਰਾਂਗੇ। ਇਸ਼ੂ ਡੇਟ ਅਤੇ ਐਕਸਪਾਇਰੇਸ਼ਨ ਡੇਟ ਪਾ ਕੇ ਉਸ ਤੋਂ ਬਾਅਦ ਤੁਸੀਂ ਕਦੇ ਤੁਹਾਡਾ ਪਾਸਪੋਰਟ ਲੋਸਟ ਹੋਇਆ ਤਾਂ ਤੁਸੀਂ ਯੈਸ ਕਰ ਸਕਦੇ ਹੋ ਅਤੇ ਰੀਜ਼ਨ ਦੇ ਸਕਦੇ ਹੋ, ਅਤੇ ਅਦਰਵਾਈਜ਼ ਤੁਸੀਂ ਨੋ ਦੇ ਕੇ ਤਾਂ ਨੈਕਸਟ ਸਟੈਪ 'ਤੇ ਚੱਲਦੇ ਹਾਂ ਫੈਮਿਲੀ 'ਤੇ। ਫੈਮਿਲੀ ਇਨਫੋਰਮੇਸ਼ਨ ਲੈਣਗੇ, ਤੁਹਾਡੇ ਮਦਰ ਦਾ, ਤੁਹਾਡੇ ਫਾਦਰ ਦਾ ਨੇਮ ਅਤੇ ਉਹਨਾਂ ਦਾ ਡੇਟ ਆਫ ਬਰਥ, ਮਦਰ ਫਾਦਰ ਦੀ ਡਿਟੇਲ ਭਰ ਕੇ। ਉਸ ਤੋਂ ਬਾਅਦ ਫਿਰ ਆਪਾਂ, ਅਗਰ ਤੁਹਾਡੇ ਮਦਰ ਕਦੇ ਗਏ ਨੇ, ਹੈ ਨਾ, USA ਦੇ ਵਿੱਚ, ਫਾਦਰ ਕਦੇ ਗਏ ਨੇ, ਤਾਂ ਆਪਾਂ 9 'ਤੇ ਹੀ ਟਿਕ ਲਾਵਾਂਗੇ, ਕਿਉਂਕਿ ਹਜੇ ਆਪਣੇ ਕੋਲ ਵੀਜ਼ਾ ਨਹੀਂ ਆਇਆ ਅਤੇ ਮਦਰ ਫਾਦਰ ਕੋਲ ਵੀ ਨਹੀਂ ਹੈਗਾ। ਨਾਲੇ ਕਦੇ ਵੀ ਆਪਾਂ ਇਹ ਨਹੀਂ ਸਮਝ, ਆਪਣੇ ਰਿਲੇਟਿਵਸ ਉੱਥੇ ਰਹਿੰਦੇ ਨੇ ਜਾਂ ਕੋਈ ਹੋਰ ਹੈਗਾ, ਅਤੇ ਉਹਦਾ ਨੈਗੇਟਿਵ ਇੰਪੈਕਟ ਪੈਂਦਾ, ਅਤੇ ਇਸ ਕਰਕੇ 9 ਹੀ ਰੱਖਾਂਗੇ ਆਪਾਂ। ਅਤੇ ਨੈਕਸਟ ਸਟੈਪ ਹੈ ਜੀ ਆਪਣਾ ਪ੍ਰੈਜੈਂਟ ਵਰਕ, ਐਜੂਕੇਸ਼ਨ ਅਤੇ ਟ੍ਰੇਨਿੰਗ ਇਨਫੋਰਮੇਸ਼ਨ। ਅਗਰ ਕੁਛ ਵੀ ਤੁਸੀਂ ਲਿਖਤਾ ਹੋਇਆ, ਤੁਹਾਡੀ ਐਜੂਕੇਸ਼ਨ ਕੀ ਹੈ, ਸਾਰੀ ਡਿਟੇਲ ਆਪਾਂ ਇੱਥੇ ਫਿਲ ਆਊਟ ਕਰਾਂਗੇ। ਬਟ ਰਾਈਟ ਨਾਓ ਤੁਸੀਂ, ਅਗਰ ਤੁਸੀਂ ਕੈਨੇਡਾ ਦੇ ਵਿੱਚ ਹੋ ਤਾਂ ਕੈਨੇਡਾ ਤੋਂ ਆਪਾਂ ਅਪਲਾਈ ਕਰ ਰਹੇ ਹਾਂ, ਅਤੇ ਇੱਥੇ ਆਪਾਂ ਪੜ੍ਹਦੇ ਹਾਂ, ਅਤੇ ਆਪਾਂ ਐਜ ਏ ਸਟੂਡੈਂਟ ਹੀ ਲੈ ਕੇ ਚੱਲਾਂਗੇ। ਇੱਥੇ ਆਪਾਂ ਆਪਣੇ ਸਾਰੇ ਕੋਲੇਜ ਦੀ ਆਪਣੀ ਡਿਟੇਲ ਭਰਾਂਗੇ ਉਰੇ, ਅਤੇ ਕੋਲੇਜ ਡਿਟੇਲ ਆਪਾਂ ਕੋਲੇਜ ਦੀ ਵੈਬਸਾਈਟ ਤੋਂ ਲਾਉਂਚ ਕਰਾਂਗੇ ਜੀ। ਆਪਣਾ ਆਪਣਾ ਸੇਂਟ ਕਲੇਅਰ ਕੋਲੇਜ ਆ, ਅਤੇ ਆਪਾਂ ਉਹਦੀ ਸਾਰੀ ਡਿਟੇਲ ਚੱਕਾਂਗੇ ਉਹਨਾਂ ਦੀ। ਆਪਣਾ ਕੈਂਪਸ ਵਨ ਰਿਵਰ ਸਾਈਡ ਵਾਲਾ, ਅਤੇ ਇਸ ਕਰਕੇ ਆਪਾਂ ਵਨ ਇਹੀ ਐਡਰੈਸ ਚੱਕਾਂਗੇ, ਅਤੇ ਤੁਸੀਂ ਆਪਣੇ ਔਫਰ ਲੈਟਰ 'ਤੇ ਦੇਖ ਸਕਦੇ ਹੋ ਆਪਣੇ, ਅਗਰ ਤੁਹਾਡਾ ਜਿਹੜਾ ਵੀ ਐਡਰੈਸ ਹੈਗਾ ਨਾ, ਤੁਸੀਂ ਉਹੀ ਫਿਲ ਆਊਟ ਕਰਨਾ ਔਫਰ ਲੈਟਰ 'ਤੇ।
ਪੋਸਟਲ ਕੋਡ ਵਗੈਰਾ ਸਾਰਾ ਕੁਛ ਦਿੱਤਾ ਹੋਇਆ ਉਰੇ, ਤੁਸੀਂ ਉਰੇ ਕਾਪੀ ਪੇਸਟ ਹੀ ਕਰਨਾ। ਅਤੇ ਕੋਲੇਜ ਦਾ ਫੋਨ ਨੰਬਰ, ਤੁਹਾਡਾ ਕਾਲਜ ਕਦੋਂ ਸਟਾਰਟ ਹੋਇਆ ਸੀਗਾ, ਤੁਸੀਂ ਉਹਦੀ ਡੇਟ ਪਾਉਣੀ ਹੈ। ਆਪਣਾ ਸਤੰਬਰ ਇਨਟੇਕ ਸੀਗਾ ਅਤੇ ਆਪਣਾ ਸਤੰਬਰ ਦੇ ਵਿੱਚ ਹੀ ਸ਼ੁਰੂ ਹੋਇਆ ਸੀਗਾ, ਇਸ ਕਰਕੇ ਫਿਰ ਆਪਾਂ ਸਤੰਬਰ ਦੀ ਡੇਟ ਪਾਵਾਂਗੇ। ਅਗਰ ਤੁਸੀਂ ਉਰੇ ਕੋਈ ਕੰਮ ਕਰਨੇ ਹੋ ਪਾਰਟ ਟਾਈਮ ਤਾਂ ਤੁਸੀਂ ਉਹ ਮੈਂਸ਼ਨ ਕਰ ਸਕਦੇ ਹੋ ਉਰੇ, ਨਹੀਂ ਤਾਂ ਤੁਸੀਂ ਡੋ ਨੋਟ ਅਪਲਾਈ 'ਤੇ ਟਿੱਕ ਕਰ ਸਕਦੇ ਹੋ। ਅਤੇ ਇੱਥੇ ਆਪਾਂ ਥੋੜ੍ਹਾ ਜਿਹਾ ਡਿਸਕ੍ਰਾਈਬ ਕਰ ਦਾਂਗੇ, ਹੈ ਨਾ, ਆਪਾਂ ਕੀ ਜੋਬ ਕਰਦੇ ਹਾਂ ਅਤੇ ਕਿਸ ਚੀਜ਼ ਦੀ ਜੋਬ ਆਪਣੀ, ਅਤੇ ਕਿੱਥੇ ਆਪਾਂ ਜੋਬ ਕਰ ਰਹੇ ਹਾਂ। ਨੈਕਸਟ ਸਟੈਪ 'ਤੇ ਚੱਲਾਂਗੇ, ਪ੍ਰੀਵੀਅਸ ਵਰਕ ਐਜੂਕੇਸ਼ਨ ਇਨਫੋਰਮੇਸ਼ਨ। ਅਗਰ ਤੁਸੀਂ ਪਹਿਲਾਂ ਕੰਮ ਕੀਤਾ ਹੋਇਆ ਇੰਡੀਆ ਦੇ ਵਿੱਚ ਤਾਂ ਤੁਸੀਂ, ਤੁਹਾਨੂੰ ਮੈਂਸ਼ਨ ਕਰਨਾ ਪਏਗਾ ਕਿੱਥੇ ਕਿੱਥੇ ਤੁਸੀਂ ਕੰਮ ਕੀਤਾ, ਕਿੰਨੀਆਂ ਕੰਪਨੀਜ਼ ਦੇ ਵਿੱਚ ਕੰਮ ਕੀਤਾ। ਅਦਰਵਾਈਜ਼ ਤੁਸੀਂ ਨੌਂ 'ਤੇ ਟਿਕ ਲਾ, ਅਗਰ ਤੁਹਾਡੇ ਕੋਲ ਕੋਈ ਐਕਸਪੀਰੀਅੰਸ ਨਹੀਂ ਹੈ ਤਾਂ ਤੁਸੀਂ ਨੌਂ 'ਤੇ ਟਿਕ ਲਗਾ ਸਕਦੇ ਹੋ। ਅਤੇ ਇੱਥੇ ਤੁਹਾਡੀ ਤੁਸੀਂ ਜਿਹੜੇ, ਅਗਰ ਤੁਸੀਂ ਗ੍ਰੈਜੂਏਟ ਹੋ ਤਾਂ ਆਪਣੇ ਕੋਲਜ ਦੀ ਹਿਸਟਰੀ, ਅਤੇ ਆਪਾਂ ਆਪਣੀ ਲਾਸਟ ਸਟੱਡੀ ਪਾਵਾਂਗੇ ਉਰੇ, ਜਿਵੇਂ ਕਿ ਹੁਣ ਆਪਾਂ ਗ੍ਰੈਜੂਏਟ ਨਾ, ਫਿਰ ਆਪਾਂ ਗ੍ਰੈਜੂਏਸ਼ਨ ਦੀ ਹੀ ਪਾਵਾਂਗੇ ਉਰੇ, ਆਪਣੇ ਕੋਲਜ ਦੀ ਸਾਰੀ ਡਿਟੇਲ ਭਰ ਕੇ, ਅਤੇ ਫਿਰ ਆਪਾਂ ਨੈਕਸਟ ਸਟੈਪ 'ਤੇ ਚੱਲਦੇ ਹਾਂ ਜੀ। ਤੁਸੀਂ ਆਪਣੇ ਫੋਰਮ ਨੂੰ ਸੇਵ ਵੀ ਕਰ ਸਕਦੇ ਹੋ, ਸੇਵ 'ਤੇ ਲਗਾ ਕੇ, ਸੇਵ ਦੀ ਆਪਸ਼ਨ ਹੈਗੀ ਤੁਹਾਡੇ ਕੋਲ। ਅਤੇ ਹੁਣ ਆਪਾਂ ਭਰਾਂਗੇ ਜੀ ਅਡੀਸ਼ਨਲ ਇਨਫੋਰਮੇਸ਼ਨ, ਡੂ ਯੂ ਬਿਲੋਂਗ ਟੂ ਅ ਕਲੈਨ ਔਰ ਟ੍ਰਾਈਬ, ਨੋ, ਲੀਗਲ ਲੈਂਗੁਏਜ ਤੁਹਾਡੀ ਕਿਹੜੀ ਹੈ, ਆਪਾਂ ਇੰਗਲਿਸ਼ ਭਰਾਂਗੇ ਉਰੇ। ਅਤੇ ਜਿਹੜੀ ਜਾਣੀ ਆਪਾਂ ਲੈਂਗੁਏਜ ਜਾਣਦੇ ਹਾਂ ਨਾ, ਆਪਾਂ ਉਹ ਐਡ ਕਰਾਂਗੇ। ਹਿੰਦੀ ਅਤੇ ਪੰਜਾਬੀ, ਉਸ ਤੋਂ ਬਾਅਦ ਆਪਾਂ ਨੈਕਸਟ ਸਟੈਪ ਵਿੱਚ ਆਪਣੇ ਕੋਲ ਹੈਗਾ ਜੀ ਕੋਈ ਕਿਸੇ ਹੋਰ ਕੰਟਰੀ 'ਚ ਅਗਰ ਤੁਸੀਂ ਟਰੈਵਲ ਕੀਤਾ ਹੋਵੇ ਤਾਂ ਯੈਸ ਕਰ ਦਿਓ, ਟਿਕ ਲਗਾ ਦਿਓ, ਤਾਂ ਨਹੀਂ ਤਾਂ ਨੌ ਨੂੰ ਟਿਕ ਲਗਾ ਕੇ ਫਿਰ ਅੱਗੇ ਨੈਕਸਟ ਸਟੈਪ 'ਤੇ। ਕਿਸੇ ਚੈਰੀਟੇਬਲ ਔਰਗਨਾਈਜੇਸ਼ਨ ਜਾਂ ਕਿਸੇ ਹੋਰ ਪ੍ਰੋਫੈਸ਼ਨਲਿਜ਼ਮ ਜਾਂ ਕਿਸੇ ਹੋਰ ਸੋਸ਼ਲ ਵਰਕ ਦੇ ਵਿੱਚ ਤੁਸੀਂ ਅਗਰ ਕੰਮ ਕੀਤਾ ਹੋਵੇ ਤਾਂ ਯੈਸ 'ਤੇ ਟਿਕ ਲਗਾਇਓ, ਅਤੇ ਤੁਹਾਨੂੰ ਰੀਜ਼ਨ ਮੈਂਸ਼ਨ ਕਰਨਾ ਪਏਗਾ ਕਿੱਥੇ ਕਿੱਥੇ ਤੁਸੀਂ ਕੰਮ ਕੀਤਾ, ਅਦਰਵਾਈਜ਼ ਆਪਾਂ ਨੌ ਲੈ ਕੇ ਹੀ ਚੱਲਾਂਗੇ। ਅਗਰ ਤੁਹਾਨੂੰ ਕੋਈ ਸਕਿੱਲ ਤੁਸੀਂ ਜਾਣਦੇ ਹੋ ਨਾ, ਕੋਈ ਤੁਹਾਡੇ ਕੋਲ ਟ੍ਰੇਨਿੰਗ ਹੈਗੀ ਹੈ, ਜਿਵੇਂ ਕੋਈ ਫਾਰਮ ਜਾਂ ਕੁਛ ਵੀ, ਨਿਊਕਲੀਅਰ ਜਾਂ ਬਾਇਓਲੋਜੀਕਲ ਜਾਂ ਕੈਮੀਕਲ ਕੋਈ ਐਕਸਪੀਰੀਅੰਸ ਹੈਗਾ, ਤਾਂ ਆਪਾਂ ਨੌ 'ਤੇ ਟਿਕ ਲਗਾਵਾਂਗੇ। ਅਗਰ ਹੈ ਤਾਂ ਤੁਸੀਂ ਯੈਸ 'ਤੇ ਲਗਾ ਸਕਦੇ ਹੋ, ਅਦਰਵਾਈਜ਼ ਵੀ ਵਿਲ ਗੋ ਵਿਦ ਨੌ। ਅਤੇ ਅਗਰ ਤੁਸੀਂ ਮਿਲਟਰੀ ਦੇ ਲਈ ਪਹਿਲਾਂ ਤੁਸੀਂ ਸਰਵ ਕੀਤਾ ਤਾਂ ਤੁਸੀਂ ਯੈਸ ਲਗਾ ਸਕਦੇ ਹੋ, ਬਿਕੋਜ਼ ਆਪਾਂ ਸਟੂਡੈਂਟ ਹਾਂ ਅਤੇ ਆਪਾਂ ਅਜੇ ਕੁਛ ਨਹੀਂ ਕਰਿਆ, ਇਹੋ ਹੀ ਆ। ਅਤੇ ਨੈਕਸਟ ਸਟੈਪ ਆ ਜੀ ਆਪਣਾ, ਤੁਸੀਂ ਕਦੇ ਸਰਵ ਕੀਤਾ ਹੋਵੇ ਪਹਿਲਾਂ ਮਿਲਟਰੀ ਫੋਰਸਿਸ ਜਾਂ ਕੁਛ ਵੀ, ਹੈ ਨਾ, ਕਿਸੇ ਵੀ ਆਰਮੀ ਵਗੈਰਾ ਦੇ ਵਿੱਚ,
ਅਤੇ ਆਪਾਂ ਨੌ ਦੇ ਨਾਲ ਹੀ ਚੱਲਾਂਗੇ। ਅਤੇ ਨੈਕਸਟ ਆਪਣਾ ਲਾਸਟ ਸਟੈਪ ਹੈ ਜੀ ਆਪਣਾ ਸਿਕਿਉਰਟੀ ਐਂਡ ਬੈਕਗਰਾਊਂਡ। ਇਹਦੇ 5 ਪਾਰਟ ਨੇ ਜੀ ਫੋਰਮ ਦੇ ਵਿੱਚ, ਅਤੇ ਆਪਾਂ ਆਲਮੋਸਟ ਇਹਦੇ ਵਿੱਚ ਜਿਵੇਂ ਕੋਈ ਡਿਸਕ੍ਰਿਮੀਨੇਸ਼ਨ ਜਾਂ ਕਿਸੇ ਹੋਰ ਵਾਇਲੇਸ਼ਨ ਦੇ ਵਿੱਚ ਕੋਈ ਬੰਦਾ ਹੋਵੇ ਹੈ ਨਾ ਇਨਵੋਲਵ, ਤਾਂ ਉਹ ਚੀਜ਼ਾਂ ਉਰੇ ਮਤਲਬ ਇਹਨਾਂ ਨੇ ਮੈਂਸ਼ਨ ਕੀਤੀਆਂ ਹੋਈਆਂ। ਬਟ ਅਗਰ ਕੋਈ ਤੁਹਾਨੂੰ ਕੋਈ ਡਿਸੇਬਿਲਿਟੀ ਹੈ ਨਾ ਉਹ ਵੀ ਤੁਸੀਂ ਮੈਂਸ਼ਨ ਕਰ ਸਕਦੇ ਹੋ ਉਰੇ, ਤਾਂ ਆਪਾਂ ਉਰੇ 9 'ਤੇ ਟਿਕ ਲਗਾਵਾਂਗੇ। ਡਰੱਗਸ ਦਾ ਵੀ ਪੁੱਛਿਆ ਹੋਇਆ ਉਰੇ, ਇਸੇ ਲਈ ਸਾਰੇ ਸਿਕਿਉਰਟੀਜ਼ ਕੁਸ਼ਚਨ ਨੇ, ਥੋੜ੍ਹੇ ਧਿਆਨ ਨਾਲ ਪੜ੍ਹ ਕੇ ਹੀ ਕਰਿਆ ਕਰੋ। ਸਾਰੇ ਸਿਕਿਉਰਟੀ ਕੁਸ਼ਚਨ ਇਸ ਲਈ ਪੁੱਛੇ ਜਾ ਰਹੇ ਕਿਉਂਕਿ ਤੁਹਾਨੂੰ ਪਤਾ ਹੀ ਹੈ USA ਦੀ ਸਿਕਿਉਰਟੀ ਕਿੰਨੀ ਹਾਰਡ ਆ ਨਾ, ਅਤੇ ਇਸ ਕਰਕੇ ਫਿਰ ਉਹ ਹਰ ਇੱਕ ਚੀਜ਼ ਨਿੱਕੀ ਨਿੱਕੀ ਪੁੱਛਦੇ ਨੇ। ਅਤੇ ਲਾਸਟ ਸਟੈਪ ਹੈ ਜੀ ਤੁਹਾਡਾ ਫੋਟੋ ਦਾ, ਅਤੇ ਫੋਟੋ ਤੁਸੀਂ ਅਗਰ ਅਪਲੋਡ ਕਰੋਗੇ ਤਾਂ ਉੱਥੇ ਤੁਹਾਨੂੰ ਡਿਮੈਂਸ਼ਨਸ ਮਿਲ ਜਾਣਗੀਆਂ, ਤੁਸੀਂ ਚੈੱਕ ਕਰ ਸਕਦੇ ਹੋ ਉਹਦੇ। ਬਟ ਕਈ ਵਾਰੀ ਫਾਈਲ ਅਪਲੋਡ ਨਹੀਂ ਹੋ ਪਾਉਂਦੀ, ਜਦੋਂ ਮੈਂ ਅਪਲਾਈ ਕੀਤਾ ਸੀ ਮੇਰੀ ਵੀ ਨਹੀਂ ਸੀ ਹੋਈ, ਅਤੇ ਇਸ ਕਰਕੇ ਆਪਾਂ ਕੋਈ ਵੀ ਸਿਲੈਕਟ ਕਰਕੇ ਦੇਖ ਲੈਂਦੇ ਆਪਾਂ, ਅਗਰ ਹੋ ਗਈ ਤਾਂ ਠੀਕ, ਨਹੀਂ ਤਾਂ ਇੱਕ ਹੋਰ ਆਪਸ਼ਨ ਆ ਜਾਂਦੀ ਹੁੰਦੀ ਹੈ ਵਿਦਆਊਟ ਫੋਟੋ ਆਪਾਂ ਜਾ ਸਕਦੇ ਹਾਂ। ਅਤੇ ਜਦੋਂ ਵੀ ਤੁਹਾਡੀ ਇੰਟਰਵਿਊ ਦੀ ਡੇਟ ਹੋਏਗੀ ਤਾਂ ਤੁਸੀਂ ਇੰਨੇ ਬਾਏ ਇੰਨੇ ਸਾਈਜ਼ ਦੀ ਇੱਕ ਫੋਟੋ ਹਾਰਡ ਕਾਪੀ ਨਾਲ ਲੈ ਕੇ ਜਾਣੀ ਹੈ ਤੁਸੀਂ ਆਪਣੇ। ਅਤੇ ਹੁਣ ਆਪਾਂ ਰਿਵਿਊ ਕਰ ਲੈਂਦੇ ਹਾਂ ਆਪਣੀ ਪ੍ਰੋਫਾਈਲ ਸਾਰੀ। ਰਿਵਿਊ ਕਰਨ ਤੋਂ ਬਾਅਦ ਫਿਰ ਉਸ ਤੋਂ ਬਾਅਦ ਸਾਰਾ ਆਪਣੀ ਡਿਟੇਲ ਚੈੱਕ ਕਰਕੇ ਸਾਰੀ ਆਪਣੀ, ਅਤੇ ਲਾਸਟ ਵਿੱਚ ਆਪਾਂ ਫਿਰ ਫੋਰਮ ਸਬਮਿਟ ਕਰ ਦੇਣਾ। ਆਪਾਂ ਜਿਹੜੀ ਲੋਕੇਸ਼ਨ ਆਪਣੀ ਟੋਰੋਂਟੋ ਦੇ ਵਿੱਚ ਕਰ ਰਹੇ ਹਾਂ ਕੈਨੇਡਾ ਦੇ ਵਿੱਚ, ਕਿਉਂਕਿ ਆਪਾਂ ਨੂੰ ਅਪਾਇੰਟਮੈਂਟ ਉੱਥੇ ਦੀ ਹੀ ਚਾਹੀਦੀ ਹੈ, ਇਸ ਲਈ ਆਪਾਂ ਹੁਣ ਸਾਈਨ ਅਪ 'ਤੇ ਸਬਮਿਟ ਕਰਾਂਗੇ ਫੋਰਮ ਨੂੰ। ਅਤੇ ਆਪਾਂ ਆਪਣਾ ਪਾਸਪੋਰਟ ਨੰਬਰ ਪਾਵਾਂਗੇ, ਪਾਸਪੋਰਟ ਨੰਬਰ ਪਾ ਕੇ ਅਤੇ ਫਿਰ ਆਪਾਂ ਕੈਪਚਾ ਭਰਾਂਗੇ। ਸਾਈਨ ਐਂਡ ਸਬਮਿਟ ਐਪਲੀਕੇਸ਼ਨ ਕਰ ਦੇਣੀ ਹੁਣ ਸਕਸੈਸਫੁਲ ਹੋ ਗਈ ਆਪਣੀ, ਅਤੇ ਹੁਣ ਆਪਾਂ ਕਨਫਰਮੇਸ਼ਨ ਕਰਨੀ ਉਹਦੇ। ਅਤੇ ਸਬਮਿਟ ਕਰਕੇ ਆਪਾਂ ਨੂੰ ਇੱਦਾਂ ਦਾ ਕੁਛ ਮਿਲੇਗਾ ਕਿਉਂਕਿ ਆਪਣਾ ਵੀਜ਼ਾ ਵੀ ਇਸੇ ਤਰ੍ਹਾਂ ਦਾ ਹੀ ਹੁੰਦਾ, ਅਤੇ ਇੱਥੇ ਫੋਟੋ ਹੁੰਦੀ ਹੈ ਆਪਣੀ, ਅਤੇ ਆਪਣਾ ਸਬਮਿਟ ਹੋ ਗਿਆ ਜੀ ਸਕਸੈਸਫੁਲ, ਅਤੇ ਕਨਫਰਮੇਸ਼ਨ ਹੋ ਗਈ, ਅਤੇ ਆਪਾਂ ਹੁਣ ਇਹਦਾ ਪ੍ਰਿੰਟ ਸਾਂਭ ਕੇ ਰੱਖ ਲੈਂਦੇ ਹਾਂ। ਕਨਫਰਮੇਸ਼ਨ ਪੇਜ ਆਪਾਂ ਹੁਣ ਪ੍ਰਿੰਟ ਆਪਣੇ ਕੋਲ ਸੇਵ ਕਰ ਲੈਂਦੇ ਹਾਂ ਕਿਉਂਕਿ ਆਪਾਂ ਨੇ ਹਾਰਡ ਕਾਪੀ ਨਾਲ ਲੈ ਕੇ ਜਾਣੀ ਹੈ ਜਿੱਥੇ ਆਪਣਾ ਇੰਟਰਵਿਊ ਹੋਏਗਾ। ਹੁਣ ਆਪਾਂ ਦੂਸਰੀ ਵੈਬਸਾਈਟ ਖੋਲ੍ਹਾਂਗੇ ਆਪਾਂ ਜਿੱਥੋਂ ਆਪਾਂ ਅਪੁਆਇੰਟਮੈਂਟ ਬੁੱਕ ਕਰਵਾਉਣੀ ਹੈ ਅਤੇ ਅਪਲਾਈ ਕਰਨਾ ਪਹਿਲਾਂ, ਅਤੇ ਉਹ ਤੋਂ ਬਾਅਦ ਆਪਾਂ
ਜਿਹੜੇ DS-160 ਫੋਰਮ ਭਰਿਆ ਸੀ ਆਪਾਂ ਉਹਨੂੰ ਸਿਲੈਕਟ ਕਰਕੇ ਕੰਟੀਨਿਊ ਕਰਨਾ ਅੱਗੇ, ਅਤੇ ਆਪਾਂ ਇੱਕ ਅਕਾਊਂਟ ਨਿਊ ਬਣਾਉਣਾ ਪਏਗਾ ਆਪਾਂ ਨੂੰ, ਅਤੇ ਇੱਥੇ ਆਪਾਂ ਆਪਣਾ ਨਾਮ ਦੇ ਕੇ, ਈਮੇਲ ਆਈਡੀ ਦੇ ਕੇ ਆਪਾਂ ਅਕਾਊਂਟ ਬਣਾਉਂਗੇ ਆਪਣਾ। ਕੋਈ ਵੀ ਪਾਸਵਰਡ ਰੱਖ ਲਾਂਗੇ ਆਪਾਂ। ਟਰਮਸ ਐਂਡ ਕੰਡੀਸ਼ਨ ਆਪਾਂ ਅਕਸੈਪਟ ਕਰ ਲਾਂਗੇ। ਕੈਪਸ਼ਨ ਵੀ ਟਿਕ ਲਾ ਦਾਂਗੇ ਆਪਾਂ। ਉਸ ਤੋਂ ਬਾਅਦ ਫਿਰ ਆਪਾਂ ਇੱਕ ਕ੍ਰੀਏਟ ਅਕਾਊਂਟ ਕਰ ਦੇਣਾ ਉਹਦੇ, ਅਤੇ ਹੁਣ ਇੱਕ ਤੁਹਾਨੂੰ ਈਮੇਲ ਜਾਏਗੀ ਤੁਹਾਡੀ ਈਮੇਲ ਆਈਡੀ 'ਤੇ, ਅਤੇ ਤੁਸੀਂ ਕਨਫਰਮੇਸ਼ਨ ਈਮੇਲ ਹੋਏਗੀ ਉਹ ਤੋਂ ਤੁਸੀਂ ਕਨਫਰਮ ਕਰਨੀ ਹੋਏਗੀ। ਉਸ ਤੋਂ ਬਾਅਦ ਫਿਰ ਆਪਾਂ ਹੁਣ ਅੱਗੇ ਦਾ ਪ੍ਰੋਸੈਸ ਕਰ ਸਕਦੇ ਹਾਂ। ਜਦੋਂ ਆਪਾਂ ਈਮੇਲ ਕਨਫਰਮੇਸ਼ਨ ਕਰ ਦਾਂਗੇ, ਅਤੇ ਉਸ ਤੋਂ ਬਾਅਦ ਫਿਰ ਆਪਾਂ ਥੋੜ੍ਹੀ ਜਿਹੀ ਡਿਟੇਲ ਹੋਰ ਭਰਨੀ ਹੈ ਥੋੜ੍ਹੀ ਜੀ, ਅਤੇ ਮੇਨ ਸਟੈਪ ਆ ਦੋ ਨੇ ਜੀ। ਜੇ ਤੁਸੀਂ ਮਤਲਬ ਪਹਿਲਾਂ ਵੀ ਇਸ਼ੂ ਕੀਤਾ ਤਾਂ ਉਹ ਯੈਸ ਕਰਨਾ, ਟਿਕ ਅਤੇ ਨੋ ਕਰਨਾ, ਅਤੇ ਲਾਸਟ ਵਿੱਚ ਇੱਥੇ ਲਿਖਿਆ ਦੇਖੋ। ਬਹੁਤ ਜਨਤਾ ਉਰੇ ਹੀ ਕਨਫਿਊਜ਼ ਹੁੰਦੀ ਹੈ, ਅਤੇ ਆਪਾਂ ਇੱਥੇ ਨੋ ਹੀ ਲਗਾਵਾਂ ਕਿਉਂਕਿ ਆਂਸਰ ਨੋ ਹੈ ਇਫ ਯੂ ਲਿਵ ਇਨ ਕੈਨੇਡਾ। ਅਤੇ ਤੁਸੀਂ ਆਪਾਂ ਕੈਨੇਡਾ ਦੇ ਵਿੱਚ ਹੀ ਰਹਿ ਰਹੇ ਹਾਂ ਇਸ ਕਰਕੇ ਆਪਾਂ ਨੋ ਲਵਾਂਗੇ, ਤਾਂ ਅਦਰਵਾਈਜ਼ ਆਪਾਂ ਯੈਸ ਕਰਨਾ ਪਏਗਾ ਆਪਾਂ ਨੂੰ। ਅਤੇ ਕ੍ਰੀਏਟ ਐਪਲੀਕੇਸ਼ਨ ਆ ਹੋ ਗਿਆ ਜੀ ਆਪਣੇ, ਹੁਣ ਯੈਸ 'ਤੇ ਟਿਕ ਲਗਾ ਕੇ ਸਟੈਪਸ ਅੱਗੇ ਕੰਟੀਨਿਊ ਹੋ ਜਾਣਗੇ। ਇਸ ਤੋਂ ਬਾਅਦ ਆਪਾਂ ਹੁਣ ਡਿਲੀਵਰੀ ਲੋਕੇਸ਼ਨ ਕਰਨੀ ਹੈ ਸਲੈਕਟ, ਪ੍ਰੋਵਿੰਸ ਆਪਣਾ ਓਨਟਾਰੀਓ ਹੈ, ਅਤੇ ਬ੍ਰਾਂਚ ਆਪਾਂ ਸਿਲੈਕਟ ਕਰਨੀ ਹੈ ਅਸੀਂ ਹੁਣ, ਮੈਂ ਹੁਣ ਵਿੰਡਸਰ ਦੇ ਵਿੱਚ ਰਹਿੰਦੇ ਹਾਂ, ਅਤੇ ਅਸੀਂ ਵਿੰਡਸਰ ਦੀ ਹੀ ਸਿਲੈਕਟ ਕਰਾਂਗੇ। ਉਸ ਤੋਂ ਬਾਅਦ ਫਿਰ ਕੈਨੇਡਾ ਕੇਅਰ ਆਫ ਜਿਹਦਾ ਨਾਮ ਹੈ ਜੀ, ਅਤੇ ਆਪਾਂ ਐਡਰੈਸ ਭਰਾਂਗੇ ਹੁਣ। ਕੰਟੀਨਿਊ, ਆਪਣੇ ਸਾਰੇ ਐਡਰੈਸ ਆ ਗਏ ਜੀ, ਅਤੇ ਆਪਣੀ ਫੀਸ ਆ ਗਈ ਸਾਰੀ। ਇਹ ਕੈਨੇਡੀਅਨ ਡੋਲਰਸ ਦੇ ਵਿੱਚ ਹੈ, ਇਹ USD ਡੋਲਰਸ ਦੇ ਵਿੱਚ ਹੈ, ਅਤੇ ਆਪਾਂ ਦੇਖਣਾ ਕਿਹੜਾ ਆਪਸ਼ਨ ਆਪਾਂ ਸਿਲੈਕਟ ਕਰਨਾ ਉਸ ਤੋਂ ਪਹਿਲਾਂ। ਬਟ ਆਪਾਂ ਡਿਟੇਲ ਚੈੱਕ ਕਰ ਲੈਂਦੇ ਹਾਂ, ਅਤੇ ਉਰੇ ਆ ਦੇਖੋ ਡੇਟਸ ਦਿਖਾ ਰਿਹਾ ਹੈਗਾ, ਅਤੇ ਟੋਰੋਂਟੋ ਦੇ ਵਿੱਚ 1 ਅਪ੍ਰੈਲ ਦੀ ਆ ਰਹੀ ਹੈ ਜੀ ਡੇਟ, ਅਤੇ ਆਪਾਂ ਹੁਣ ਵੀਜ਼ਾ ਕਾਰਡ ਕਰਦੇ ਹਾਂ ਕੰਟੀਨਿਊ ਪੇਮੈਂਟ ਕਰਕੇ, ਫਿਰ ਆਪਾਂ ਡੇਟ ਸਿਲੈਕਟ ਕਰਨੀ ਹੈ। ਪੇਮੈਂਟ ਆਪਣੀ ਸਕਸੈਸਫੁਲ ਹੋ ਗਈ ਜੀ। ਇਸ ਤੋਂ ਬਾਅਦ ਹੁਣ ਆਪਾਂ ਲੋਕੇਸ਼ਨ ਸਿਲੈਕਟ ਕਰ ਲਈ, ਅਤੇ ਡੇਟ ਵੀ ਸਿਲੈਕਟ ਕਰ ਲਈ ਆਪਾਂ ਨੇ, ਅਤੇ ਟਾਈਮਿੰਗ ਵੀ ਸੈੱਟ ਕਰ ਲਈ ਆਪਾਂ ਨੇ, ਅਤੇ ਸਕੈਜੂਅਲ ਅਪਾਇੰਟਮੈਂਟ ਆਪਾਂ ਹੁਣ ਡਨ ਕਰ ਦਿੰਦੇ ਹਾਂ। ਸਕਸੈਸਫੁਲ ਹੋ ਗਈ ਜੀ ਹੁਣ, ਅਤੇ ਇਹ ਸੀਗਾ ਜੀ ਆਪਣਾ ਲਾਸਟ ਸਟੈਪ। ਜਿਹੜੇ ਰਿਕੁਆਇਰਡ ਡਾਕੂਮੈਂਟਸ ਨੇ ਉਹ ਮੈਂ ਇੱਕ ਸਕਰੀਨਸ਼ਾਟ ਪਾ ਰਿਹਾ ਵਿੱਚ ਇਹਦੇ, ਅਤੇ ਉਹ ਆਪਾਂ ਨਾਲ ਲੈ ਕੇ ਜਾਣੇ ਜਦੋਂ ਇੰਟਰਵਿਊ ਹੋਏਗਾ।
ਆਪਾਂ ਜਦੋਂ ਡੇਟ ਲੈ ਰਹੇ ਸੀਗੇ ਆਪਣੀ ਇੰਟਰਵਿਊ ਦੀ, ਤੇ ਵੇਟੇਜ 2 ਮਹੀਨੇ ਦੀ ਚੱਲ ਰਹੀ ਹੈ ਜੀ ਓਨਟਾਰੀਓ ਦੇ ਵਿੱਚ, ਤੇ ਇਸ ਕਰਕੇ ਹੁਣ ਆਪਾਂ ਅਪ੍ਰੈਲ ਦੀ ਡੇਟ ਲਿੱਤੀ ਹੈ। ਆਈ ਹੋਪ ਤੁਹਾਨੂੰ ਸਾਰਾ ਪ੍ਰੋਸੈਸ ਸਮਝ ਆ ਗਿਆ ਹੋਏਗਾ, ਤੇ ਕਿੱਦਾਂ ਕਿੱਦਾਂ ਕਿਹੜੀ ਕਿਹੜੀ ਚੀਜ਼ ਕਿੱਥੇ ਕਿੱਥੇ, ਹੈ ਨਾ, ਆਪਾਂ ਕਿਵੇਂ ਕਿਵੇਂ ਫਿਲ ਆਊਟ ਕਰਨੀ ਹੈ। ਤੇ ਹੁਣ ਇਸ ਵੀਡੀਓ ਦਾ ਨੈਕਸਟ ਪਾਰਟ ਆਪਾਂ ਜਦੋਂ ਇੰਟਰਵਿਊ ਦੇ ਕੇ ਆਵਾਂਗੇ ਉਸ ਤੋਂ ਬਾਅਦ ਬਣਾਵਾਂਗੇ, ਤੇ ਫਿਲਹਾਲ ਹੀ ਇੰਨਾ ਹੀ। ਆਈ ਹੋਪ ਤੁਹਾਨੂੰ ਵੀਡੀਓ ਪਸੰਦ ਆਵੇਗੀ, ਤੁਹਾਡੇ ਲਈ ਇਨਫੋਰਮੇਟਿਵ ਹੋਏਗੀ। ਅਗਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰ ਦਿਓ ਜੀ। ਤੇ ਅੱਜ ਦੇ ਲਈ ਇੰਨਾ ਜੀ, ਥੈਂਕ ਯੂ ਸੋ ਮਚ, ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ।